स्नेहा धीर, सांधा पंजाब टीवी, अमृत। हुण गल होएगी जनता दे मुद्दे दी। आज होएगी गल सच्चाई दी। हुण गल होएगी राजनीति दी। शुरू होणगीआं, हर बंदा आपो आपने नशे छड्ड के और नवे साल नवी जिंदगी विच पेश करे। अज जिहड़ा प्रोग्राम हो रहा अगर अज लंगर लाया लाया हर साल लाने पहली भी लाया पहली भी लाया जी। अच्छा हाँ जी हर साल लाया करा मगर तुम्हें पता है कि वाला दिन है तुम सेवा करते लोगों की तुम पता है तुम अपनी सेफ्टी अगर लोगों की सेफ्टी अगर अच्छा तो लोगों को मैसेज देना चाहते हो अज दिन की लोगों को मैसेज दोगे अमन शांति का मैसेज देना चाहते हैं सारी दुनिया अमन शांति जन्मदिन अमन शांति राजकुमार
ਮਗਰ ਅੱਜ ਦਾ ਦਿਨ ਤੁਹਾਨੂੰ ਵੀ ਪਤਾ ਹੈਗਾ ਬਹੁਤ ਵੱਡਾ ਦਿਨ ਹੈ। ਅੱਜ ਲੋਕ ਦੂਰ ਦੂਰ ਆਉਂਦੇ ਆ, ਲੋਕ ਹੈਗੇ ਆ। ਅੱਜ ਤੁਸੀਂ ਇੱਦਾਂ ਦੀ ਵਧੀਆ ਕੰਮ ਕਰ ਦਿਓ, ਤੁਸੀਂ ਹਰ ਵਾਰੀ ਕੰਮ ਵਧੀਆ ਕਰ ਦਿਓ। ਮਗਰ ਜਿਹੜਾ ਇਹ ਜਿਹੜਾ ਹੈਗਾ ਇਹ ਸਰਕਾਰ ਵੱਲੋਂ ਲੱਗਦਾ ਜਾਂ ਤੁਸੀਂ ਆਪਣੇ ਕੋਲ ਲਾਉਂਦੇ ਤੇ ਕਿਸਾਨ ਮਿਸਰੀ ਬਾਰੇ ਕੀ ਕਹਿਣ ਜਾਂਦੇ? ਲੋਕਾਂ ਨੂੰ ਕੀ ਮੈਸੇਜ ਦੇਣ ਜਾਂਦੇ ਹੋ? ਲੋਕਾਂ ਨੂੰ ਕੀ ਮੈਸੇਜ ਦਿਓਗੇ? ਬੰਦ ਕਰ। ਅੱਜ ਜਿਵੇਂ ਇਸਾ ਮੇਰੇ ਪ੍ਰੋਗਰਾਮ ਹੈਗਾ, ਐਡਾ ਉਹਦਾ ਵੱਡਾ ਦਿਨ ਹੈਗਾ, ਲੋਕ ਆਏ ਸਾਰੇ ਪਤਾ ਵੀ ਦਿੱਤੇ ਐਡਾ ਦੇ ਖੁਸ਼ ਹੋ ਕੇ ਜਾਣ ਲਿਆ। ਅੱਜ ਦਾ ਦਿਨ ਲੋਕਾਂ ਨੂੰ ਕੀ ਦਿਓਗੇ ਮੈਸੇਜ? ਮੈਸੇਜ ਇਹ ਦੇਵਾਂਗਾ ਕਿ ਅਮਨ ਦਾ ਰਾਜਕੁਮਾਰ ਜਿਹੜਾ ਸ਼ਾਂਤੀ ਦਾ ਮੁਕਤੀ ਦਾ ਸਭ ਦਾ ਪਰਮੇਸ਼ਵਰ ਹੈ, ਅਤੇ ਅੱਜ ਦੇ ਦਿਨ ਉਹਨੇ ਸਾਡੇ ਤਮਾਮ ਦੁਨੀਆ ਦੇ ਲਈ ਮਤਲਬ ਪੈਦਾ ਹੋਇਆ, ਧਰਤੀ 'ਤੇ ਜ਼ਮੀਨ 'ਤੇ ਆਇਆ ਸੀ, ਹੈ ਅਕਾਲ ਪੁਰਖ ਪਿਤਾ ਪਰਮੇਸ਼ਵਰ ਦੇ ਰੂਪ ਦੇ ਵਿੱਚ, ਜਿਸ ਨੇ ਆ ਕੇ ਤਮਾਮ ਦੁਨੀਆ ਦੇ ਵਿੱਚ ਸ਼ਾਂਤੀ ਦਾ ਪ੍ਰਚਾਰ ਕੀਤਾ, ਜਿਸ ਵਿੱਚ ਨਾ ਕੋਈ ਕਿਸੇ ਦੇ ਕੋਈ ਵੀ ਵੈਰ ਵਿਰੋਧ ਕਿਸੇ ਵੀ ਮਤਲਬ ਕੋਈ ਵੀ ਤਰ੍ਹਾਂ ਦਾ, ਆਪਸ 'ਚ ਹਮੇਸ਼ਾ ਮੇਲ ਮੁਹੱਬਤ 'ਚ ਰਹਿਣ। ਸਾਡੇ ਵੱਲੋਂ ਵੀ ਇਹ ਮੈਸੇਜ ਆ ਕ੍ਰਾਈਸਟ ਚਰਚ ਰਾਮਬਾਗ ਵੱਲੋਂ ਕਿ ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਪਰਮੇਸ਼ਵਰ ਕਰੇ ਕਿ ਜਿਹੜਾ ਸਾਲ ਕਰੋਨਾ ਦਾ ਟਾਈਮ ਨਿਕਲ ਗਿਆ ਹੈ, ਪਰਮੇਸ਼ਵਰ ਕਰੇ ਆਉਣ ਵਾਲਾ ਚੜ੍ਹਨ ਵਾਲਾ ਸਾਲ ਦੇ ਵਿੱਚ ਇਹੋ ਜਿਹੀ ਬਿਮਾਰੀਆਂ ਤੋਂ ਸਾਨੂੰ ਸੰਸਾਰ ਨੂੰ ਇਸ ਬਿਮਾਰੀ ਤੋਂ ਬਚਾ ਕੇ ਰੱਖੇ। ਜਿਵੇਂ ਰਾਤ ਦਾ ਪ੍ਰੋਗਰਾਮ ਹੀ ਹੁੰਦਾ, ਫਾਦਰ ਸਾਹਿਬ ਵੀ ਆਉਂਦੇ, ਸਾਰੇ ਆਉਂਦੇ ਆ, ਕਿ ਰਾਤ ਦਾ ਵੀ ਪ੍ਰੋਗਰਾਮ ਇੱਥੇ ਹੋਏਗਾ ਕਿ ਨਹੀਂ? ਨਹੀਂ, ਉਹ ਜਿਹੜਾ ਰਾਤ ਦਾ ਉਹ ਸਾਡਾ 24 ਦੀ ਨਾਈਟ ਨੂੰ ਹੁੰਦਾ ਹੈ। ਜਿਹੜਾ 24 ਦੀ ਨਾਈਟ ਸੀ ਉਹ ਕੱਲ੍ਹ ਸਾਰਾ ਫੰਕਸ਼ਨ ਚੱਲਦਾ ਰਿਹਾ ਨਾਈਟ ਦਾ, ਅਤੇ ਹੁਣ ਅੱਜ ਦਾ ਦਿਨ ਦਾ ਹੀ ਹੈ, ਸਾਡਾ 4 ਵਜੇ ਤੱਕ ਪ੍ਰੋਗਰਾਮ ਚੱਲਦਾ ਰਹੇਗਾ। ਉਸ ਤੋਂ ਬਾਅਦ ਫਿਰ ਮਤਲਬ ਸਾਰਾ ਲੰਗਰ ਵੀ 4-5 ਵਜੇ ਤੱਕ ਚੱਲਦੇ ਰਹਿਣਗੇ। ਜਦੋਂ ਤੱਕ ਲੰਗਰ ਨਹੀਂ ਖਤਮ ਹੁੰਦਾ ਉਦੋਂ ਤੱਕ ਇੱਦਾਂ ਹੀ ਮਤਲਬ ਚੱਲਦਾ ਰਹੇਗਾ ਸਾਰਾ। ਕਿਸੇ ਨੂੰ ਮੈਸੇਜ ਦੇਣ ਜਾਂਦੇ ਆਪਣੇ ਭਰਾ ਨੂੰ ਜਿੱਥੇ